ਹੈਗਾ ਜੀ, ਨਿਊ ਹੋਲੈਂਡ ਦਾ ਨਵਾਂ ਟਰੈਕਟਰ ਆਇਆ ਜਨਸੀ ਦੇ ਅੰਦਰ, CRD ਦੇ ਅੰਦਰ, ਠੀਕ ਹੈ ਜੀ। ਜੇ ਗੱਲ ਕੀਤੀ ਆ CRD ਟਰੈਕਟਰ ਹੈ, ਵਾਰਨਿੰਗ ਹੌਟ ਸਰਫੇਸ ਇੱਥੇ ਲਿਖਤਾ, ਸਾਰੇ ਬੰਨੇ ਬੰਦ ਹੈ ਟਰੈਕਟਰ, ਠੀਕ ਹੈ ਜੀ। ਇੱਥੋਂ ਹਵਾ ਨਿਕਲਦੀ ਆ, ਇੱਥੋਂ ਖਿੱਚਦਾ, ਠੀਕ ਹੈ, ਜਿਹੜੀ ਅੱਗੋਂ ਹਵਾ ਲੈਂਦਾ। ਫਰੰਟ ਤੇ ਵੇਟ ਦੇ ਤੇ ਇਹ ਹੈਗਾ 56-20+, ਠੀਕ ਹੈ ਜੀ। CRD ਦੇ ਵਿੱਚ ਜੇ ਵੇਟ ਦੀ ਗੱਲ ਕਰੀਏ, ਫਰੰਟ ਤੇ 4 ਪਲੇਟਾਂ ਦੇਤੀਆਂ ਵੇਟ ਦੀਆਂ, CNH ਮਾਰ ਕੇ ਲੱਗੇ ਹੋਏ ਨੇ, CNH ਦੇ 30 ਕਿਲੋ ਦੀ ਇੱਕ ਪਲੇਟ ਆ, 30 ਕਿਲੋ ਦੀ, ਠੀਕ ਹੈ ਜੀ। ਰਿਵਰਸ PTO ਏ ਹਿੱਟ ਗਾਰਡ ਲੱਗੇ ਹੋਏ ਨੇ, ਜੇ ਗੱਲ ਕਰੀਏ ਹਿੱਟ ਗਾਰਡ ਲੱਗੇ ਹੋਏ ਨੇ, ਹਾਈ ਲੋ ਮੀਡੀਅਮ ਹੈ ਜੀ CRD ਟਰੈਕਟਰ, ਦੇਖ ਸਕਦੇ ਜੀ। ਅਤੇ ਜੇ ਗੱਲ ਕਰੀਏ ਪਾਵਰ ਸਟੀਅਰਿੰਗ ਵੀ ਹੈ, ਪੂਰਾ ਉੱਚਾ ਟਰੈਕਟਰ ਆ, ਦੇਖ ਸਕਦੇ ਜੀ, ਲੰਮਾ ਪੂਰਾ, ਹੈਵੀ ਡਿਊਟੀ, ਪੂਰਾ ਤਗੜਾ ਜੀ। ਕੀ ਡਿਮਾਂਡ ਹੈ ਜੀ ਇਹਦੀ? 11-30 ਡਿਮਾਂਡ ਹੈ, ਠੀਕ ਹੈ। ਅਗਲਾ ਹੈਗਾ ਨਿਊ ਹੋਲੈਂਡ 56-20, ਅਤੇ ਨਿਊ ਹੋਲੈਂਡ 3650 HP ਦੇ ਵਿੱਚ ਆਲ ਰਾਊਂਡਰ ਹੈ ਜੀ, ਠੀਕ ਹੈ। ਫਤਿਹਾਬਾਦ ਹਰਿਆਣਾ ਟਰੈਕਟਰ ਮੰਡੀ ਦੇ ਵਿੱਚ ਖੜ੍ਹੇ ਹਾਂ। 19 ਮਾਡਲ, 5,90,000 ਰੁਪਇਆ ਡਿਮਾਂਡ ਹੈ, 5,90,000 ਡਿਮਾਂਡ ਹੈ। ਟਾਇਰ ਬਿਲਕੁਲ ਬੇਦਾਗ, ਓਕੇ, ਹੈ ਨਾ, ਬਿਨਾਂ ਦਾਗ ਤੋਂ ਮੈਂ ਖੜ੍ਹੇ ਨੇ। ਅਤੇ ਜੇ ਗੱਲ ਕਰੀਏ ਸਪੀਡਾਂ ਦੀ, 3 ਸਪੀਡਾਂ ਦੇ ਵਿੱਚ ਟਰੈਕਟਰ ਆ, ਹਾਈ ਲੋ ਮੀਡੀਅਮ ਦੇ ਵਿੱਚ ਹੈ ਜੀ। ਨਿਊ ਹੋਲੈਂਡ 56-20 ਦੀ ਜੇ ਗੱਲ ਕਰੀਏ, 4 ਟਾਇਰਾਂ ਦੀ ਖਿਚਾਈ, ਹੈ ਨਾ, 4-wheel ਡਰਾਈਵ ਦੇ ਵਿੱਚ ਹੈ, ਉੱਤੇ ਛਤਰੀ ਲੱਗੀ ਹੋਈ, ਪੱਖਾ ਲੱਗਾ ਹੋਇਆ। ਅਤੇ ਦੂਸਰੀ ਗੱਲ ਹੈ 21 ਮਾਡਲ, 10,90,000 ਰੁਪਇਆ ਡਿਮਾਂਡ ਆ। ਜੇ ਨੰਬਰਾਂ ਦੀ ਗੱਲ ਕਰੀਏ, ਫਰੰਟ 'ਤੇ ਨੰਬਰ ਨੋਟ ਨੇ, ਠੀਕ ਹੈ ਜੀ, ਅਤੇ ਟਾਇਰ ਨਵੇਂ ਨੇ ਅਗਲੇ, ਠੀਕ ਹੈ ਜੀ, ਬਹੁਤ ਘੱਟ ਚੱਲੇ ਨੇ, 10% ਘੱਟ ਸਕਦੇ, ਦੇਖ ਸਕਦੇ ਜੀ, ਆਹ ਲਓ ਜੀ। ਅਤੇ ਅਗਲਾ ਟਰੈਕਟਰ ਹੈਗਾ ਨਿਊ ਹੋਲੈਂਡ 3600 XT ਦੀ ਜੇ ਗੱਲ ਕਰੀਏ, ਇਹ ਹੈਗਾ 16 ਮਾਡਲ, ਅਤੇ 4,60,000 ਰੁਪਇਆ ਡਿਮਾਂਡ ਹੈ, 4,60,000 ਰੁਪਇਆ ਡਿਮਾਂਡ ਹੈ। ਅਤੇ ਜੇ ਗੱਲ ਕੀਤੀ ਜਾਵੇ ਟਾਇਰਾਂ ਦੀ, ਮਗਰਲੇ ਟਾਇਰ ਬਿਲਕੁਲ ਨਵੇਂ ਵਾਂਗੂ ਕਹਿ ਸਕਦੇ ਹਾਂ, ਕੋਈ ਕਮੀ ਨਹੀਂ ਗੀ ਨਵਿਆਂ ਤੋਂ ਘੱਟ, ਹਾਈ ਲੋਹ ਦੇ ਨਾਲ ਹੈ ਜੀ, ਹਾਈ ਲੋਹ ਦੇ ਨਾਲ ਹੈ, ਕੋਈ ਕਮੀ ਪੇਸ਼ੀ ਨਹੀਂ, ਠੀਕ ਹੈ ਜੀ। ਅਤੇ ਟਾਇਰ ਆ ਜਿਹੜੇ ਬੇਦਾਗ ਨੇ, ਅਤੇ ਗਰਾਊਂਡ ਸਪੀਡ PTO। ਆਹ ਹੈਗਾ ਜੀ ਨਿਊ ਹੋਲੈਂਡ ਦਾ ਨਵਾਂ ਟਰੈਕਟਰ ਆਇਆ ਜਨਸੀ ਦੇ ਅੰਦਰ, CRD ਦੇ ਅੰਦਰ, ਠੀਕ ਹੈ ਜੀ। ਜੇ ਗੱਲ ਕੀਤੀ ਜਾਵੇ CRD ਟਰੈਕਟਰ ਹੈ, ਵਾਰਨਿੰਗ ਹੌਟ ਸਰਫੇਸ ਇੱਥੇ ਲਿਖਤਾ, ਸਾਰੇ ਬੰਨੇ ਬੰਦ ਹੈ ਟਰੈਕਟਰ, ਠੀਕ ਹੈ ਜੀ। ਇੱਥੋਂ ਹਵਾ ਨਿਕਲਦੀ ਆ, ਇੱਥੋਂ ਖਿੱਚਦਾ, ਠੀਕ ਹੈ, ਜਿਹੜੀ ਅੱਗੋਂ ਹਵਾ ਲੈਂਦਾ। ਫਰੰਟ ਤੇ ਵੇਟ ਦੇ ਤੇ ਇਹ ਹੈਗਾ 56-20+, ਠੀਕ ਹੈ ਜੀ। CRD ਦੇ ਵਿੱਚ ਜੇ ਵੇਟ ਦੀ ਗੱਲ ਕਰੀਏ, ਫਰੰਟ ਤੇ 4 ਪਲੇਟਾਂ ਦੇਤੀਆਂ ਵੇਟ ਦੀਆਂ, CNH ਮਾਰ ਕੇ ਲੱਗੇ ਹੋਏ ਨੇ, CNH ਦੇ 30 ਕਿਲੋ ਦੀ ਇੱਕ ਪਲੇਟ ਆ, 30 ਕਿਲੋ ਦੀ, ਠੀਕ ਹੈ ਜੀ। ਰਿਵਰਸ PTO ਏ ਹਿੱਟ ਗਾਰਡ ਲੱਗੇ ਹੋਏ ਨੇ, ਜੇ ਗੱਲ ਕਰੀਏ ਹਿੱਟ ਗਾਰਡ ਲੱਗੇ ਹੋਏ ਨੇ, ਹਾਈ ਲੋ ਮੀਡੀਅਮ ਹੈ ਜੀ CRD ਟਰੈਕਟਰ, ਦੇਖ ਸਕਦੇ ਜੀ। ਅਤੇ ਜੇ ਗੱਲ ਕਰੀਏ ਪਾਵਰ ਸਟੀਅਰਿੰਗ ਵੀ ਹੈ, ਪੂਰਾ ਉੱਚਾ ਟਰੈਕਟਰ ਆ, ਦੇਖ ਸਕਦੇ ਜੀ, ਲੰਮਾ ਪੂਰਾ, ਹੈਵੀ ਡਿਊਟੀ, ਪੂਰਾ ਤਗੜਾ ਜੀ। ਕੀ ਡਿਮਾਂਡ ਹੈ ਜੀ ਇਹਦੀ? 11-30 ਡਿਮਾਂਡ ਹੈ, ਠੀਕ ਹੈ। ਅਗਲਾ ਹੈਗਾ ਨਿਊ ਹੋਲੈਂਡ 56-20, ਅਤੇ 22 ਮਾਡਲ ਹੈ, 9,85,000 ਰੁਪਇਆ ਡਿਮਾਂਡ ਹੈ। ਅਤੇ ਜੇ ਗੱਲ ਕਰੀਏ ਪਾਵਰ ਸਟੀਅਰਿੰਗ ਦੇ ਨਾਲ ਹੈ, ਅਤੇ ਹਾਈ ਲੋ ਮੀਡੀਅਮ ਇਹ ਵੀ ਆ, ਅਤੇ ਦੇਖ ਸਕਦੇ 22 ਦੇ ਲਾਸਟ 'ਤੇ ਸੀ ਮਗਰਲਾ ਮਾਡਲ 56-20 CRD, ਠੀਕ ਹੈ ਜੀ, 22 ਦੇ ਲਾਸਟ 'ਤੇ ਆ, ਅਤੇ 11-30 ਡਿਮਾਂਡ ਹੈ ਨਵਾਂ 13-13 ਦਾ। ਅਤੇ ਆਹ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਜੀ, ਦੇਖੋ 12+3 speed+ ਦਿੱਤਾ ਜੀ, ਇੱਧਰਲੇ ਬੰਨੇ ਨੂੰ ਪਾਣੀ ਦੀ ਸਪਲਾਈ ਦਿੱਤੀ ਆ, ਠੰਡਾ ਹੋ ਕੇ ਜਿਹੜਾ ਓਇਲ ਹੈ ਜਿਹੜਾ ਠੰਡਾ ਹੋਵੇ। ਅਤੇ ਇੱਧਰ ਹੈਗਾ ਰਿਵਰਸ PTO ਜੀ, ਨਿਊ ਹੋਲੈਂਡ ਆਲ ਰਾਊਂਡਰ 3650 HP ਦਾ ਟਰੈਕਟਰ ਹੈ ਜੀ, 15 ਮਾਡਲ,
4,60,000 ਰੁਪਇਆ ਡਿਮਾਂਡ ਹੈ ਜੀ। ਡਿਮਾਂਡ ਦੀ ਗੱਲ ਕਰੀਏ ਆਲਰਾਊਂਡਰ ਦੇ ਵਿੱਚ ਹੈ। ਦੇਖੋ ਜੀ ਆਲਰਾਊਂਡਰ 'ਚ ਨਹੀਂ ਦਿੱਤਾ ਗਾ, ਜੇ ਗੱਲ ਕਰੀਏ ਪਾਣੀ ਠੰਡਾ ਕਰਨ ਵਾਲੀ ਸਪਲਾਈ ਅਤੇ ਪਲੱਸ ਦੇ ਵਿੱਚ ਦਿੱਤਾ, ਠੀਕ ਹੈ। ਅਤੇ ਆਲਰਾਊਂਡਰ ਦੇ ਵਿੱਚ ਵੀ 3 ਸਪੀਡਾਂ, ਹਾਈ ਲੋ ਮੀਡੀਅਮ ਹੈ ਜਿਹੜਾ ਦੇ ਰੱਖਿਆ ਟਰੈਕਟਰ, ਠੀਕ ਹੈ। ਅਤੇ ਜਿਹੜੀ ਕੰਡੀਸ਼ਨ ਆ ਤੁਹਾਡੇ ਸਾਹਮਣੇ, ਟਾਇਰ ਬੇਦਾਗ ਪੱਕੇ ਟਾਇਰ ਨੇ, ਹੈ ਨਾ। ਅਤੇ ਅਗਲਾ ਟਰੈਕਟਰ ਹੈਗਾ ਨਿਊ ਹੋਲੈਂਡ ਦਾ 3230, ਕਾਫੀ ਡਿਮਾਂਡ 'ਚ ਰਹਿਣ ਵਾਲਾ ਟਰੈਕਟਰ, ਡਬਲ ਕਲੱਚ ਹੈ ਟਰੈਕਟਰ। ਅਤੇ ਜੇ ਗੱਲ ਕਰੀਏ ਪਾਵਰ ਸਟੀਅਰਿੰਗ ਦੇ ਨਾਲ ਹੈ, ਕਿਉਂਕਿ ਕੁਛ ਟਰੈਕਟਰ ਚਾਹੀਦਾ ਆਪਾਂ ਨੂੰ HP ਦੇ ਹਿਸਾਬ 'ਤੇ ਵੇਖੇ। 21 ਮਾਡਲ, 5-60 ਡਿਮਾਂਡ ਹੈ ਜੀ, 5-60 ਡਿਮਾਂਡ ਹੈ। ਅਤੇ ਟਾਇਰ ਹੈ ਜਿਹੜੇ ਬਿਲਕੁਲ ਨਵੇਂ ਵਾਂਗੂ ਨੇ, ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ, ਦੇ ਸਕਦੇ ਜੇ ਕੋਈ ਕਮੀ ਪੇਸ਼ੀ ਨਹੀਂ, ਹਾਈ ਲੋ ਹੈਗਾ ਟਰੈਕਟਰ। ਅਤੇ ਕੁਛ ਜੇ ਮੀਟਰ ਦੀ ਗੱਲ ਕਰੀਏ, ਕੁਛ ਇਸ ਤਰੀਕੇ ਦੇ ਨਿਊ ਹੋਲੈਂਡ ਦੇ ਮੀਟਰ ਆਉਂਦੇ ਨੇ, ਦੇਖ ਸਕਦੇ ਸਾਈਡਾਂ ਨੂੰ, ਹੈ ਨਾ, ਫਾਰਮ ਸੱਠਾਂ ਵਾਂਗੂ ਜਿਵੇਂ ਆਉਂਦੇ ਹੁੰਦੇ ਸੀ ਪਹਿਲਾਂ। ਅਤੇ ਸੁਪਰ ਨਿਊ ਹੋਲੈਂਡ 3630, 3630 ਦੀ ਜੇ ਗੱਲ ਕਰੀਏ, ਇਹ ਹੈਗਾ ਮਾਡਲ ਹੈਗਾ 12-4-15 ਡਿਮਾਂਡ ਹੈ। ਅਤੇ ਪਾਵਰ ਸਟੀਅਰਿੰਗ ਹੈ, ਅਤੇ ਫੁੱਟ ਰੈਸਟ ਵਾਲੇ ਜਿਹੜੇ ਲੱਗੇ ਹੋਏ ਨੇ, ਦੇਖ ਸਕਦੇ ਜਾਂ ਲੱਗੇ। ਅਤੇ ਹਾਈ ਲੋ ਦੇ ਨਾਲ ਹੈ, ਹੈ ਨਾ, ਹਾਈ ਲੋ ਦੇ ਨਾਲ ਹੈ ਜੀ ਟਰੈਕਟਰ ਹੈ ਜਿਹੜਾ, ਹਾਈ ਲੋ ਦੇ ਨਾਲ ਹੈ। ਅਤੇ ਜਿਹੜੇ ਟਾਇਰਾਂ ਦੀ ਗੱਲ ਕਰੀਏ, ਕੁਛ ਹੋਰ ਹੀ ਸ਼ੇਪ ਦੇ ਟਾਇਰ ਨੇ, ਕਿਉਂਕਿ ਲੰਮੀ ਗੁੱਡੀ ਦੇ ਨਾਲ, ਹੈ ਨਾ। ਅਤੇ ਗੁੱਡੀ ਪੂਰੀ ਪਈ ਹੈ, ਨਵੇਂ ਟਾਇਰ ਵਾਂਗੂ ਪਏ ਨੇ, ਬੇਦਾਗ ਨੇ, ਅਤੇ ਦੇਖ ਸਕਦੇ ਜੇ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਜੇ। ਅਤੇ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ 15 ਮਾਡਲ, 5,25,000 ਰੁਪਇਆ ਡਿਮਾਂਡ ਹੈ, 5-25 ਡਿਮਾਂਡ ਦੇ ਨਾਲ ਸੁਪਰ ਸਪੈਸ਼ਲ ਐਡੀਸ਼ਨ, ਹਾਈ ਲੋ ਮੀਡੀਅਮ ਅਤੇ ਪਲੱਸ ਹੈ ਨਾ ਮਾਡਲ। ਦੇਖੋ ਜੀ ਪਲੱਸ ਦੇ ਵਿੱਚ ਫਿਰ ਪਾਣੀ ਠੰਡੇ ਦੀ ਸਪਲਾਈ ਦਿੱਤੀ, ਕਿਉਂਕਿ ਪਲੱਸ ਦੇ ਵਿੱਚ ਹੀ ਦਿੱਤੀ ਆ, ਛਤਰੀ ਲੱਗੀ ਹੋਈ ਉੱਤੇ, ਅਤੇ ਜਿਹੜਾ ਡੈੱਕ ਲੱਗਾ ਹੋਇਆ, ਠੀਕ ਹੈ। ਟਾਇਰ ਨੇ ਉਹ ਤੁਹਾਡੇ ਸਾਹਮਣੇ 16-9-28 ਦੇ ਟਾਇਰ ਨੇ, ਜਿਹੜੀ ਲਿਫਟ ਕੈਪੈਸਿਟੀ ਕਾਫੀ ਹਾਈ ਲਿਫਟ ਆਉਂਦੀ ਆ, ਜਿਹੜੀ ਆਪਾਂ ਕਹਿ ਸਕਦੇ ਨਿਊ ਹੋਲੈਂਡ ਦੀ ਗਰਾਊਂਡ ਸਪੀਡ PTO ਜੀ। ਅਤੇ ਅਗਲੇ ਰਾਈਡਰ ਵਿਖਾਉਣੇ ਇੱਧਰਲੀ ਸਾਈਡ ਨਿਊ ਹੋਲੈਂਡ ਵਾਲਿਆਂ ਦੀ। ਅਤੇ ਜੇ ਗੱਲ ਕਰੀਏ ਨਿਊ ਹੋਲੈਂਡ ਦੀ ਦੁਆਰਾ, ਆਹ ਟਰੈਕਟਰ ਹੈਗਾ ਆਇਸ਼ਰ 12 ਮਾਡਲ ਹੈ, 3,25,000 ਰੁਪਇਆ ਡਿਮਾਂਡ ਹੈ, 3-25 ਡਿਮਾਂਡ ਦੀ ਜੇ ਗੱਲ ਕਰੀਏ, ਡਿਮਾਂਡ ਹੈ। ਅਤੇ ਬਾਕੀ ਮੌਕੇ 'ਤੇ ਆਇਆ, ਰੇਟ ਘੱਟੇ ਵਾਧੇ ਹੋ ਜਾਂਦੇ ਨੇ। ਅਤੇ ਇੱਕ ਮਿੰਟ, ਇੱਕ ਫੋਨ ਆਉਂਦੇ ਪਏ ਸੀ ਵਿੱਚ, ਅਤੇ ਮੌਕੇ ਦੇ ਘੱਟੇ ਵਾਧੇ ਹੋ ਜਾਂਦੇ ਨੇ ਰੇਟ ਦੇ। ਬਾਕੀ ਜੇ ਗੱਲ ਕਰੀਏ ਜਿਹੜੀ ਕੰਡੀਸ਼ਨ, ਉਹ ਤੁਹਾਡੇ ਸਾਹਮਣੇ ਦੇਖ ਸਕਦੇ ਜੇ ਤੁਸੀਂ। ਅਤੇ ਵੀਡੀਓ ਨੂੰ ਕਰਿਆ ਦੱਬ ਕੇ ਸ਼ੇਅਰ ਕਰਦੇ ਹਾਂ, ਵੀਡੀਓ ਅਗਲੀ 'ਚ ਗੱਲਬਾਤ AC ਤੋਂ ਸ਼ੁਰੂ ਕਰਾਂਗੇ। ਧੰਨਵਾਦ।